ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਨਾਲ ਅੱਜ ਫੋਨ ਲੈਣ 'ਤੇ ਮੌਜੂਦ ਨੇ ਤੀਰ ਸਿੰਘ ਢਿੱਲੋਂ, ਨਾਲ ਮੇਰੇ ਨਾਲ ਨੇ ਰਾਮੂਵਾਲੀਆ ਸਾਹਿਬ। ਸਤਿ ਸ਼੍ਰੀ ਅਕਾਲ ਰਾਮੂਵਾਲੀਆ ਜੀ। ਸਤਿ ਸ਼੍ਰੀ ਅਕਾਲ ਤੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕੀ ਹਾਲ ਚਾਲ? ਠੀਕ ਠਾਕ ਹੋ? ਕੀ ਹੋ ਰਿਹਾ ਰਾਜਨੀਤੀ ਦੇ ਵਿੱਚ? ਕੀ ਹੋ ਗਿਆ? ਉਪਲਖਰ ਹੋ ਗਈ ਅਕਾਲੀ ਦਲ ਦੇ ਵਿੱਚ ਵੀ, ਔਰ ਆਮ ਆਦਮੀ ਪਾਰਟੀ ਦੇ ਵਿੱਚ ਵੀ, ਔਰ ਕਾਂਗਰਸ ਵਿੱਚ ਕੀ ਗੱਲ ਹੋ ਰਹੀ ਅੱਜ ਕੱਲ? ਪਹਿਲਾਂ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਜਿਹੜੇ ਹਜ਼ਾਰਾਂ ਪ੍ਰੋਟੈਸਟ ਹੋ ਰਹੇ ਆ ਆਲ ਓਵਰ ਵਰਲਡ ਜੀ, ਉਹਨਾਂ ਨੂੰ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜੀ ਬਾਰੇ ਥੋੜੀ ਜਿਹੀ ਜਾਣਕਾਰੀ, ਵੈਸੇ ਤਾਂ ਜਾਣਕਾਰੀ ਦੇ ਕਿਸੇ ਦੇ ਮੁਹਤਾਜ ਨਹੀਂ, ਬਿਲਕੁਲ ਜੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਮਹਾਨ ਲਫ਼ਜ਼ ਹੈ ਨਾ, ਮਹਾਨ ਸ਼ਖਸੀਅਤ ਜਾਂ ਮਹਾਨ ਵਿਅਕਤੀ ਜੀ, ਉਹ ਹਰ ਇੱਕ ਨਾਲ ਨਹੀਂ, ਹਰ ਇੱਕ ਨੂੰ ਜੋੜ ਦਿੰਦੇ ਆ ਜੀ। ਉਹ ਕਿਸੇ ਕਿਸੇ ਵਿਅਕਤੀ ਵੀ ਹੁੰਦਾ ਕੋਈ ਕੋਈ ਜੀ, ਤੇ ਉਹਨਾਂ ਵਿਰਲੇ ਵਿਅਕਤੀਆਂ ਵਿੱਚੋਂ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਨੇ ਜਿਹੜੇ ਸਾਡੀ ਕੌਮ ਦੇ ਮਹਾਨ ਤੇ ਅਨਮੋਲ ਹੀਰੇ, ਬਿਲਕੁਲ ਸਰ। ਤੇ ਮੈਂ ਕਿਹੜੀ ਕਿਹੜੀ ਗੱਲ ਕਹਾਂ ਜੀ, ਜੇ ਇੱਕ ਮਾਰੇ ਦੇ ਤੌਰ ਤੇ ਦੇਖਿਆ ਜਾਵੇ, ਮੈਂ ਪਾਰਲੀਮੈਂਟ ਵਿੱਚ ਇਹਨਾਂ ਦੀਆਂ ਤਕਰੀਰਾਂ ਉਦੋਂ ਰੇਡੀਓ ਤੇ ਖ਼ਬਰਾਂ ਪੜ੍ਹਨ ਦੇ ਦੌਰਾਨ ਜੀ ਮੈਂ ਸੁਣੀਆਂ ਜੀ, ਇਹ ਤੇ ਰੱਖ ਐਸੇ ਐਸੇ ਬੁਲਾਰੇ ਜੀ, ਔਰ ਕੌਸ਼ਲ ਦਿਮਾਗ ਕੇਂਦਰ ਵਿੱਚ ਮੰਤਰੀ ਰਹੇ, ਆਪਣੀ ਮਿਹਨਤ ਸਦਕਾ ਬਿਲਕੁਲ ਪ੍ਰਧਾਨ ਜੀ ਤੋਂ ਲੈ ਕੇ ਬਿਲਕੁਲ ਪਾਰਲੀਮੈਂਟਰੀ ਪਾਰਟੀ ਦੇ ਲੀਡਰ ਦੇ ਅਹੁਦੇ ਤੱਕ ਪਹੁੰਚੇ, ਕੇਂਦਰੀ ਮੰਤਰੀ ਰਹੇ ਦੋ ਵਾਰ ਜੀ, ਫਿਰ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਜਾ ਕੇ ਜੀ ਪੈਰੇ, ਉੱਥੇ ਮੰਤਰੀ ਰਹੇ, ਕੈਬਨਿਟ ਮੰਤਰੀ ਜੀ, ਤੇ ਅੱਜ ਪਹਿਲਾਂ ਇਹਨਾਂ ਨੇ ਕੈਰੀਅਰ ਆਪਣਾ ਸ਼੍ਰੋਮਣੀ ਅਕਾਲੀ ਦਲ ਤੇ ਸ਼ੁਰੂ ਕੀਤਾ, ਬਿਲਕੁਲ ਸਰ। ਔਰ ਛੋਟੀ ਉਮਰ ਦੇ ਉਹ ਉਦੋਂ ਇਹ ਮੈਂਬਰ ਪਾਰਲੀਮੈਂਟ ਸੀ 1977 ਚ ਜੀ, ਜਦੋਂ ਐਕਟਿਵਿਸਟ ਕਾਮਤ ਜਿਹੜੇ ਕਿ ਵੱਡੇ ਇੱਕ ਹਿੰਦੁਸਤਾਨ ਦੇ ਮੈਚੋਰ ਪੋਲੀਟੀਸ਼ੀਅਨ ਸੀ ਜੀ, ਔਰ ਰਾਜਨੇਤਾ ਸੀ, ਉਹਨਾਂ ਨੇ ਆਪਣਾ ਸਮਾਂ ਕੱਟ ਕੇ ਉਹਨਾਂ ਨੇ ਕਿਹਾ ਬਲਵੰਤ ਸਿੰਘ ਰਾਮੂਵਾਲੀਆ ਡੈਥ ਇਨ ਸਪੀਚ ਜਿੱਤਣ ਗਿਆ, ਮੈਂ ਦੇਖਦਾ ਸੀ। ਬਿਲਕੁਲ। ਉਹ ਰਾਮੂਵਾਲੀਆ ਜੀ ਇੱਕ ਇਦਾਂ ਦੀ ਸ਼ਖਸੀਅਤ ਨੇ, ਇਹਨਾਂ ਨੇ ਦੇਸ਼ ਜਾਂ ਵਿਦੇਸ਼ ਦੇ ਵਿੱਚ ਕੋਈ ਵੀ ਸਿੱਖਾਂ ਦਾ ਮਤਲਬ ਵੀ ਕੋਈ ਵੀ ਮਸਲਾ ਹੋਵੇ, ਉਹਨਾਂ ਨੇ ਹੱਲ ਕੀਤਾ, ਉਹ ਕਰਦੇ ਰਹਿੰਦੇ ਨੇ ਔਰ ਹਮੇਸ਼ਾ ਹੀ ਪਹਿਲ ਦਿੰਦੇ ਨੇ। ਮਤਲਬ ਇਹ ਨਾ ਜੀ ਇੱਕ ਜਿਹੜਾ ਅੰਗਰੇਜ਼ੀ ਦਾ ਲਫ਼ਜ਼ ਹੁੰਦਾ ਪੈਨੇਸ਼ੀ ਆ, ਬਿਲਕੁਲ, ਮਤਲਬ ਸਾਰੀਆਂ ਫਰਜ਼ਾਂ ਦੀ ਇੱਕ ਦੁਆ, ਸਾਰੀਆਂ ਚੀਜ਼ਾਂ ਵਿੱਚ ਆ ਗਏ ਜੀ, ਬਿਲਕੁਲ। ਇਸ ਤਰ੍ਹਾਂ ਸਿੰਘ ਰਾਮੂਵਾਲੀਆ ਦੀ ਸ਼ਕਤੀ ਹੈ, ਤਾਂ ਅੱਜ ਉਹਨਾਂ ਤੋਂ ਵਧੀਆ ਸਾਡੇ ਕੋਲ ਕੋਈ ਐਸਾ ਐਸੀ ਜਿਹੜੇ ਨਾਲ ਆਪਾਂ ਪੰਜਾਬ ਦੀ ਜਿਹੜੀ ਮੌਜੂਦਾ ਪੋਲੀਟੀਕਲ ਸਿਨੇਰੀਓ ਆ ਜੀ, ਉਹਦੇ ਬਾਰੇ ਇਹ ਦੱਸ ਸਕਦੇ ਆ ਜੀ, ਤੇ ਆਪਾਂ ਆਉਣ ਦਾ ਯਤਨ ਕਰਾਂਗੇ ਜੀ। ਤੇ ਹੁਣ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ, ਰਾਮੂਵਾਲੀਆ ਸਾਹਿਬ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਆਪਣੇ ਮੇਰੇ ਵੱਲੋਂ ਵੀ, ਤੇ ਵਰਿੰਦਰ ਸਿੰਘ ਜੀ ਨੇ ਫਤਿਹ ਬਣਾ ਦਿੱਤੀ ਹੈ। ਤੇ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਪੰਜਾਬ ਦੇ ਵਿੱਚ ਤੂਫਾਨ ਮਚਿਆ ਹੋਇਆ ਅਕਾਲੀ ਦਲ ਵਿੱਚ, ਆਮ ਆਦਮੀ ਜੁੜਨਾ ਸੀ, ਇਹ ਸਿਨੇਰੀਓ ਹੁਣ ਪੰਜਾਬ ਦਾ ਕੀ ਬਣੂਗਾ ਆਉਣ ਵਾਲੇ ਦਿਨਾਂ ਚ ਪੋਲੀਟੀਕਲ ਜਿਹੜਾ ਜੀ? ਉਹ ਵਰਿੰਦਰ ਸਿੰਘ ਜੀ ਤੇ ਸਰਦਾਰ ਤੀਰਥ ਸਿੰਘ ਢਿੱਲੋਂ, ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਿਰ ਝੁਕਾ ਕੇ ਕਹਿੰਦਾ। ਸਤਿ ਸ੍ਰੀ ਅਕਾਲ ਜੀ। ਦੂਜੀ ਗੱਲ ਇਹ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ, ਉਹ ਕਈ ਵਾਰੀ ਕਿਸਮਤ ਪੁੜੀ ਦੇ ਵਿੱਚੋਂ ਲੱਗਦਾ ਤਾਂ ਹੁੰਦਾ ਐਲਾਚੀ ਨਿਕਲੀ ਤੇ ਨਿਕਲੇ ਉਹਦਾ ਛੁਹਾਰਾ ਤੇ ਅਖਰੋਟ। ਸਹੀ ਗੱਲ। ਉਹ ਮੁੰਡੇ ਨਿਕਲਿਆ ਸੀਗਾ, ਉਹ ਰੱਖੀ ਨੀ ਸੀ ਜਾਣੀ, ਏਡੀ ਟਾਵਰ ਰੱਖੀ ਜਾਂਦੀ ਨੀ ਹੁੰਦੀ ਤੇ ਰੱਖੀ ਨੀ ਸੀ ਜਾਣੀ ਜੀ। ਬਿਲਕੁਲ ਬਿਲਕੁਲ ਸਰ, ਆਵਾਜ਼ ਬਿਲਕੁਲ ਸਹੀ ਆ ਰਹੀ ਹੈ। ਜਿਵੇਂ ਕਈ ਬੰਦਿਆਂ ਦਾ ਨਾਨਕੀ ਜਾ ਕੇ ਸਾਰੇ ਨਾਨਕਿਆਂ ਦਾ ਪਤਾ ਹੁੰਦਾ ਜੀ, ਕੇਜਰੀ ਵਾਲਾ ਇਹਨੂੰ ਜਮਾ ਹੀ ਨੀ ਪਤਾ ਵੀ ਪੰਜਾਬ ਕੀ ਹੈ, ਪੰਜਾਬੀ ਬੋਲੀ ਕੀ ਹੈ, ਪੰਜਾਬੀ ਸੁਭਾਅ ਕੀ ਹੈ, ਪੰਜਾਬੀਆਂ ਦਾ ਦੁਨੀਆਂ ਦੇ 64 ਦੇਸ਼ਾਂ ਚ ਫੈਲਿਆ, ਉਹਨਾਂ ਦਾ ਬੋਲਬਾਲਾ ਕੀ ਹੈ, ਗੁਰੂ ਸਾਹਿਬਾਨ ਕੀ ਹੈ, ਇਹ ਪਰੰਪਰਾਵਾਂ ਰਵਾਇਤਾਂ ਰੀਤੀਆਂ ਸਮਾਜ ਰਿਵਾਜ ਉਹਨੂੰ ਕਿਸੇ ਚੀਜ਼ ਦਾ ਨੀ ਪਤਾ। ਇੱਕ ਇੱਕ ਉਹ ਹਰ ਚੀਜ਼ ਦਿੱਲੀ ਦੇ 70 ਹਲਕੇ ਦੇ ਬਾਹਰ ਸੋਚਦਾ ਹੀ,
ਹੁਣ ਪੰਜਾਬ ਚ ਆਇਆ ਸੀ ਪੰਜਾਬੀਆਂ ਨੂੰ ਪਿਆਰ ਕਰਨ, ਤੇ ਝੂਠਾ ਮਿਹਣਾ ਦੇ ਗਿਆ ਵੀ ਤੁਹਾਡਾ ਇੱਥੋਂ ਦਾ ਜਿਹੜਾ ਪ੍ਰਦੂਸ਼ਣ ਉਹ ਦਿੱਲੀ ਪਹੁੰਚਦਾ। ਉਹਨੂੰ ਪੁੱਛਿਆ ਵੀ ਸਤਿਕਾਰਯੋਗ ਕਰਨਾਲ ਲੰਘ ਕੇ, ਅੰਬਾਲਾ ਲੰਘ ਕੇ, ਰੋਹਤਕ ਲੰਘ ਕੇ, ਜੀਤ ਲੰਘ ਕੇ, ਹਿਸਾਰ ਲੰਘ ਕੇ, ਇਹ ਹਵਾਈ ਜਹਾਜ਼ਾਂ ਦੀ ਭਰ ਕੇ ਲੈ ਜਾਂਦੇ ਆ ਪ੍ਰਦੂਸ਼ਣ ਉੱਥੇ। ਜੀ ਬਿਲਕੁਲ ਬਿਲਕੁਲ ਸਹੀ ਗੱਲ ਤੁਸੀਂ ਕਹੀ, ਬਿਲਕੁਲ। ਦੂਜਾ ਖਹਿਰੇ ਬਾਰੇ ਪੁੱਛਿਆ, ਖਹਿਰਾ ਸਾਹਿਬ ਬਾਰੇ, ਬਿਲਕੁਲ ਉੱਥੇ ਭੜਕ ਪਿਆ। ਤੇ ਮੈਂ ਉਹਨਾਂ ਨੂੰ ਕਹਿੰਦਾ ਕੋਈ ਨੀ, ਅੱਜ ਤਾਂ ਮੈਂ ਇੱਕ ਦਿਨ ਦੇ ਦੌਰੇ ਤੇ ਆਇਆ, ਗੱਲ ਪੂਰੀ ਨੇੜੇ ਦੇਖਣ ਆਇਆ, ਦੋ ਤਿੰਨ ਦਿਨ ਅੜਕ ਜਾਓ, ਮੈਂ ਉੱਥੇ ਦਿੱਲੀ ਜਾ ਕੇ ਵਿਚਾਰ ਕਰਾਂਗਾ। ਇੱਥੇ ਕਹਿ ਗਿਆ ਮੈਂ ਕੱਢ ਦੇ। ਸਹੀ ਗੱਲ, ਐਂ ਤਾਂ ਜਦੋਂ ਆਪਾਂ ਚੌਕੀ ਚ ਪੜਦੇ ਲੜਦੇ ਸੀ ਫੱਟੀ ਮਾਰ ਕੇ, ਐਂ ਲੜਦਾ ਉਹ ਤਾਂ। ਸਹੀ ਗੱਲ ਬਿਲਕੁਲ ਸਰ, ਬਿਲਕੁਲ ਏਦਾਂ ਹੀ ਹੋਇਆ। ਤੇ ਦੂਜੀ ਗੱਲ, ਮੈਚਿਓਰਿਟੀ ਦੀ ਇੰਤਹਾ ਹੈ। ਬਿਲਕੁਲ ਸਰ ਬਿਲਕੁਲ, ਕੋਈ ਮੈਚਿਓਰਿਟੀ ਨਹੀਂ ਦੀ। ਇਹ ਸਰ ਕੇਜਰੀਵਾਲ ਦੀ ਕੀ ਪਹਿਲਾਂ ਤੇ ਸੁੱਚੇ ਜੋ ਛੋਟੇ ਪੁਰ ਸੁੱਚੇ ਉਹਨਾਂ ਨੂੰ ਬਾਹਰ ਕੱਢਿਆ ਪਾਰਟੀ ਚੋਂ, ਫਿਰ ਸਤਪਾਲ ਖਹਿਰਾ, ਹੋਰ ਵੀ ਕਾਫੀ ਜਿਹੜੇ ਬੰਦੇ ਸੀ ਆਮ ਆਦਮੀ ਪਾਰਟੀ ਚੋਂ, ਸਾਰੇ ਇੱਕਦਮ ਤੀਲੇ ਜਿੱਦਾਂ ਖਿਲਰਦੇ ਪਏ ਨੇ ਮਾਂਜੇ ਦੇ। ਇਹ ਕੀ ਗੱਲ ਹੈ, ਹੁਣ ਕੀ ਹੋਏਗਾ ਅੱਗੇ, ਇਹਨਾਂ ਦਾ ਫਿਊਚਰ ਕੀ ਹੈ? ਦੇਖੋ ਇੱਥੇ ਰੋਲੇ ਰਹਿੰਦੇ ਆ ਵੀ ਫਲਾਨਾ ਰੌਲਾ ਪੈ ਗਿਆ, ਰਾਮੂਵਾਲੀਆ ਸਾਹਿਬ ਨੂੰ ਪੁੱਛ ਲਓ ਕੀ ਬਣੂ। ਮੈਂ ਕੋਈ ਜੋਤਸ਼ੀ ਨੀ, ਇੱਥੇ ਜੇ ਆਮ ਆਦਮੀ ਪਾਰਟੀ ਰਹੂਗੀ ਉਹ ਖਹਿਰਾ ਸਾਹਿਬ ਵਾਲੀ ਭਾਵੇਂ ਰਹਿ ਜੇ। ਜੀ ਸ਼੍ਰੀ ਭਗਵੰਤ ਮਾਨ ਜੀ ਤਾਂ ਮੈਨੂੰ ਇਹ ਲੱਗਦਾ ਵੀ ਇਹ ਖਿੰਡੀ ਉਹਨਾਂ ਕਰਕੇ ਹੈ। ਜੀ ਬਿਲਕੁਲ, ਉਹ ਕਿਵੇਂ ਉਹ ਕੋਈ ਕੋਈ ਹਕੀਮ ਸੀ, ਉਹਨੇ ਦਵਾਈਆਂ ਗਲਤ ਦੇ ਦਿੱਤੀਆਂ ਤੇ ਇੱਕ ਦਿਨ ਕਈ ਦਿਨਾਂ ਬਾਅਦ ਗਿਆ ਜਿੱਧਰ ਕਬਰਾਂ ਸੀ ਪਾਕਿਸਤਾਨ ਚ, ਕਹਿੰਦਾ ਇੰਨੀਆਂ ਕਬਰਾਂ ਕਿਵੇਂ ਹੋ ਗਈਆਂ, ਕੋਲੇ ਖੜੀ ਬੁੜੀ ਕਹਿੰਦੀ ਪੁੱਤ ਤੇਰੀ ਕਿਰਪਾ ਹੈ ਸਰ, ਦਵਾਈਆਂ ਗਲਤ ਦਿੰਦੇ। ਜਿਹੜਾ ਪੰਜਾਬ ਚ ਚੀਲਾ ਚੀਲਾ ਹੋਇਆ, ਫੀਤਾ ਫੀਤਾ ਹੋਇਆ, ਜਿਹੜੇ ਭੂੜਦੇ ਤੇ ਮੂੰਗਫਲੀ ਖਿੰਡ ਗਈਆਂ, ਸਾਰਾ ਕੁਛ ਭਗਵੰਤ ਸਿੰਘ ਮਾਨ ਕਰਕੇ। ਠੀਕ ਹੈ ਜੀ, ਇਹ ਸਭ ਦਾ ਜੋ ਇਹਨੇ ਕੰਮ ਕਰਦਾ ਪਿਆ ਸਿਰਫ ਭਗਵੰਤ ਮਾਨ ਦੇ ਸਿਰਾ ਇਸ ਟਾਈਮ ਜੋ ਸਜਦਾ ਪਿਆ ਸਿਰ ਦੇ ਉੱਤੇ। ਇੱਕ ਮੈਂ ਰਾਮੂ ਸਾਹਿਬ ਨੂੰ ਪੁੱਛਣਾ ਚਾਹੁੰਦਾ, ਰਾਮੂ ਸਾਹਿਬ ਬਹੁਤ ਸੋਹਣੇ ਅਲਫਾਜ਼ ਵਿੱਚ ਤੁਹਾਡਾ ਬੋਲਣ ਦਾ ਕੋਈ ਦਲੀਲ ਤੁਹਾਡਾ ਸਾਨੀ ਨਹੀਂ ਜੀ, ਤੇ ਬਿਲਕੁਲ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਹਰ ਚੀਜ਼ ਨੂੰ ਬੜੀ ਘੋਖਵੀ ਦ੍ਰਿਸ਼ਟੀ ਨਾਲ ਦੇਖਦੇ ਹੋ ਔਰ ਉਹਦਾ ਵਿਸ਼ਲੇਸ਼ਣ ਕਰਦੇ ਹੋ। ਇਹ ਦੱਸੋ ਵੀ ਇੱਕ ਤਾਂ ਕੇਜਰੀਵਾਲ ਦੀ ਪਾਲਸੀ ਡੋਗਲੀ ਦੀ ਹੁੰਦੀ ਆ, ਮਤਲਬ ਜਦੋਂ SOEL ਬਾਰੇ ਪੁੱਛਿਆ ਇਹ ਕਹਿੰਦਾ ਜੀ ਉੱਥੇ ਕੋਰਟ ਫੈਸਲਾ ਕਰੂਗਾ, ਉਹਨੂੰ ਉਡੀਕਣਾ ਚਾਹੀਦਾ, ਤੇ ਪੰਜਾਬ ਇੱਥੇ ਆ ਕੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਦਾ। ਤੇ ਦੂਸਰੀ ਗੱਲ ਇਹ ਆ ਕਿ ਉਹਨੇ ਪੰਜ ਉਮੀਦਵਾਰ ਪਹਿਲਾਂ ਐਲਾਨ ਦਿੱਤੇ, ਤੇ ਇੱਕ ਪਾਸੇ ਉਹ ਪੰਜਾਬ ਦੇ ਹੱਕ ਦੀ ਗੱਲ ਕਦੀ ਕਰਨ ਵਿੱਚ ਉਹਨੇ ਕੋਈ ਦਲੇਰੀ ਨਹੀਂ ਦਿਖਾਈ, ਤੇ ਦੂਸਰਾ ਉਹਦਾ ਉਹਦੇ ਚ ਮਜੋਰਟੀ ਦੇ ਕਹਿਤਾ ਵੀ ਘਾਟ ਆ ਇੱਕਦਮ ਗੁੱਸੇ ਜਾ ਕੇ। ਹੁਣ ਇਹ ਮੈਂ ਜਾਣਨਾ ਚਾਹੁੰਦਾ ਆਪਣੇ ਜਿਹੜੇ ਸਰੋਤੇ ਸੁਣ ਰਹੇ ਨੇ ਕਿ ਜਿੱਦਾਂ ਤੁਸੀਂ ਬਹੁਤ ਸੋਹਣਾ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਮੈਚੋਰਡ ਪੋਲੀਟੀਸ਼ੀਅਨ ਆ, ਇੰਨੇ ਨੰਬਰ ਨੀ ਮੈਂ ਦਿੰਦਾ, ਪਰ ਉਹ ਜੋ ਕਿ ਮਾੜਾ ਨਿਕਲੂਗਾ ਉਹੀ ਨਿਕਲੇਗਾ, ਮਾੜਾ ਕਿਹੜਾ ਨਿਕਲੂਗਾ ਉਹ ਨਿਕਲੂ। ਠੀਕ ਹੈ ਬਿਲਕੁਲ, ਇਹ ਸਰ ਮੈਂ ਪੁੱਛਣਾ ਚਾਹੁੰਦਾ ਹੁਣ ਕਿ ਆਪਾਂ ਗੱਲ ਕਰਦੇ ਹਾਂ ਕਿ ਸਤਪਾਲ ਖਹਿਰਾ ਨੂੰ ਕੱਢਿਆ, ਕੀ ਇਹ ਆਪਣੀ ਕੋਈ ਵੱਖਰੀ ਪਾਰਟੀ ਬਣਾਉਣਗੇ ਜਾਂ ਕਿਸੇ ਹੋਰ? ਕੋਈ ਸਰਦਾਰ ਸਾਹਿਬ ਵਰਿੰਦਰ ਸਿੰਘ ਜੀ ਚਾਰਾ ਕੀ ਰਹਿ ਗਿਆ? ਬਿਲਕੁਲ, ਇੱਕ ਮੈਂ ਮਾੜੀ ਹੋਰ ਗੱਲ ਕਹਿਵੇਂ, ਇਹ ਤਾਂ ਤੁਸੀਂ ਧੰਨ ਮੰਨੋ ਵੀ ਜਿੱਦਣ ਵੀ ਪਾਰਟੀ ਟੁੱਟੀ ਮਗਰੋਂ ਹੈ, ਜਿੱਦਣ ਕੇਜਰੀਵਾਲ ਨੇ ਅੱਜ ਮਜੀਠਾ ਹੈ ਜਿਹੜਾ ਪਹਿਲੀ ਜਾ ਉਹ ਵੀ ਮਜੀਠੇ ਨੂੰ ਕਹਿੰਦੇ ਜੀ ਸਾਰੀਆਂ ਰੋਗਾਂ ਦੀ ਦਾ ਕਾਰਨ ਬਿਮਾਰੀਆਂ ਤੇ ਕੱਤੇ ਦੀ ਤਪਾਲੀ ਤੇ ਜਿਹੜਾ ਡੇਂਗੂ ਫੈਲਿਆ ਰਾਜਨੀਤੀ ਚ ਸਭ ਮਜੀਠਾ ਹੈ। ਬਿਲਕੁਲ, ਜਿਹਨੂੰ ਮਰਜ਼ੀ ਪੁੱਛ ਲਓ, ਚਾਹੇ ਭਾਂਡੇ ਮਾਂਜਦੀ ਨੌਕਰਾਣੀ ਨੂੰ ਤੇ ਚਾਹੇ ਦੀਵਾਲੀ ਦੇ ਭਾਂਡੇ ਲੈਂਦੀ ਸਰਦਾਰਨੀ ਨੂੰ, ਸ਼ਹਿਰ ਜੋ ਕਹਿੰਦੇ ਜੀ ਮਜੀਠੇ ਦੇ ਪੱਟੇ, ਇਹਨੇ ਲਿਦ ਕਰਤੀ ਕੇਜਰੀਵਾਲ ਨੇ ਮਜੀਠੇ ਤੋਂ ਮਾਫ਼ੀ ਮੰਗ ਲਈ ਆ। ਸਹੀ ਗੱਲ ਸਹੀ ਗੱਲ, ਮਾਫ਼ੀ ਮੰਗੀ ਪਹਿਲੀ ਗੱਲ ਚਾਹੀਦੀ ਸੀ। ਪਹਿਲੀ ਗੱਲ ਇਹ ਸਰ ਮੈਂ ਇਹੀ ਕਹਿੰਦਾ ਕਿ ਪਹਿਲਾਂ ਤੇ ਇਹਨਾਂ ਨੂੰ ਇਦਾਂ ਦੀ ਗੱਲ ਲਿਜਵਾਸ ਨਹੀਂ ਵਰਤਣੇ ਚਾਹੀਦੇ ਜਿੰਨਾ ਕਰਕੇ ਇਹਨਾਂ ਨੂੰ ਮਾਫ਼ੀ ਮੰਗਣੀ ਪਵੇ, ਔਰ ਜੇ ਇਹਨਾਂ ਕੋਲ ਕਹਿੰਦੇ ਤੇ ਪੂਰੇ ਠੋਸ ਸਬੂਤ ਨਾ ਕਹਿਣੇ ਚਾਹੀਦੇ, ਫਿਰ ਨਹੀਂ ਤੇ ਨਹੀਂ ਕਹਿਣਾ। ਹੁਣ ਮੈਂ ਤੁਹਾਨੂੰ ਕਿਰਾਇਆ ਦਿੰਦਾ, ਆਪਾਂ ਅਕਾਲੀਆਂ ਦੀ ਗੱਲ ਕਰ ਲਈਏ,
ਆਮ ਆਦਮੀ ਪਾਰਟੀ ਬਾਰੇ ਮੈਂ ਕਲੀਅਰ ਦੱਸਦਾ ਕਿ ਜਿਹੜੇ ਤੇ ਕੇਜਰੀਵਾਲ ਦਾ ਧੜਾ ਉਹਨਾਂ ਤੇ ਲੱਗਦਾ ਹੈ ਨੀ ਤੇਲ ਤੇ ਪੀਂਦੇ ਤੇ ਨੀ ਕਪਾਹ। ਸਹੀ ਗੱਲ। ਤੇ ਜਿਹੜੀ ਗੱਲ ਇਹਨਾਂ ਦੀ ਖੇੜਾ ਸਾਹਿਬ ਦੀ ਹੈ ਉਹਨਾਂ ਉੱਤੇ ਮੈਂ 100 ਤੋਂ 100 ਨੰਬਰ ਏਡੀ ਛੇਤੀ ਦਿੰਦਾ, ਪਰ ਉਹ ਫਿਰ ਵੀ ਪੰਜਾਬ ਦੀ ਸਾਹ, ਪੰਜਾਬ ਦੀ ਮਿੱਟੀ, ਪੰਜਾਬ ਦਾ ਵਾਤਾਵਰਨ, ਉਹਨੂੰ ਇੱਕ ਸੱਚੀ ਮੁੱਚੀ ਚੇਤਨ ਪੈ ਕੇ ਕਿਵੇਂ ਕਾਂਗਰਸ ਤੇ ਅਕਾਲੀ ਦਲ ਤੋਂ ਬਿਨਾਂ, ਹੁਣ ਅਕਾਲੀ ਦਲ ਤੋਂ ਕਹੀਏ ਨੀ ਸੁਖਬੀਰ ਦਲ ਤੋਂ ਬਿਨਾਂ ਉਹ ਕੀ ਕਰਨਾ ਹੈ। ਇਹ ਮੈਨੂੰ ਇਹ ਲੱਗਦਾ ਵੀ ਉਹਦੇ ਇੱਕ ਉਹਦੇ ਨਾਲ ਜਿਹੜੇ ਸੱਜਣ ਹੈ ਕਮਰ ਸੰਧੂ, ਉਹ ਵੀ ਕਾਫੀ ਗਹਿਰੇ ਗਹਿਰੇ ਅਧਿਕਾਰੀ ਹੈ। ਜੋ ਅੱਜ ਸਰ ਅੱਜ ਜੋ ਅਕਾਲੀ ਦਲ ਨੂੰ ਇੱਕ ਝਟਕਾ ਲੱਗਾ, ਇੱਕ ਹੋਰ ਜੋ ਉਹਨਾਂ ਦੀ ਨੀਂਹ ਹਿੱਲ ਗਈ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਝਟਕਾ ਤਾਂ ਜਿਹੜਾ ਅੱਜ ਲੱਗਿਆ ਉਹ ਤਾਂ ਚੂਕਣਾ ਹੀ ਟੁੱਟ ਗਿਆ। ਚੂਕਣਾ ਟੁੱਟ ਗਿਆ, ਬਿਲਕੁਲ ਬਿਲਕੁਲ। ਉਹ ਤੁਸੀਂ ਮੈਂ ਜਦੋਂ ਮੈਂ ਮੁੱਕਰਦਾ ਨੀ, ਮੈਂ ਸਵੇਰੇ ਸਰਦਾਰ ਸੇਵਾ ਸਿੰਘ ਸੇਖਵਾ ਨਾਲ ਮੈਂ ਉਹਨਾਂ ਦੇ ਵਿਚਾਰ ਪੁੱਛੇ, ਇੱਕ ਪੱਤਰਕਾਰ ਦੇ ਰਾਹੀਂ ਮੈਂ ਕੋਲੇ ਬਹਿ ਗਿਆ ਜੀ। ਮੈਂ ਆਪ ਨੀ ਬੋਲਿਆ ਕਿਸੇ ਨੂੰ, ਮੈਂ ਕਿਹਾ ਪੁੱਛ। ਮੈਂ ਕਿਹਾ ਸਪਸ਼ਟ ਕਰਦਾ ਉਹ ਸੱਚਾ ਹੈ, ਉਹਦੇ ਪਿਤਾ ਨੂੰ ਅਕਾਲੀ ਦਲ ਦਾ ਪ੍ਰਧਾਨ, ਜਦੋਂ ਮੈਂ ਸੈਕਟਰੀ ਜਨਰਲ ਸੀ ਅਕਾਲੀ ਦਲ ਦਾ, ਉਦੋਂ ਉਹਦੇ ਪਿਤਾ ਨੂੰ 1985 ਦੇ ਲਗਭਗ ਜਦੋਂ ਉਦੋਂ ਬਣਾਤਾ ਸੀ, ਉਦੋਂ ਮਗਰੋਂ ਸੰਤ ਜਿਹੜਾ ਲੌਂਗੋਵਾਲ ਹੈ ਉਹਨਾਂ ਦੇ ਗੋਲੀ ਵੱਜਦੀ ਹੈ। ਲੇਕਿਨ ਉਹ ਫਿਰ ਬਾਦਲ ਸਾਹਿਬ ਕਹਿੰਦੇ ਵੀ ਜਾਂ ਤਾਂ ਮੈਨੂੰ ਬਣਾਓ, ਫਿਰ ਉਹਨੂੰ ਕਿਉਂ ਬਣਾਉਣੇ ਆ? ਚਲੋ ਇਹ ਪਰਦੇ ਦੀ ਗੱਲ ਆ, ਮੈਂ ਕਹਿ ਬੈਠਾ। ਅਗਲੀ ਗੱਲ ਜੀ, ਅਗਲੀ ਗੱਲ ਅੱਜ ਕਾਫੀ ਭਾਰੀ ਇਕੱਠ ਹੋਇਆ ਉੱਥੇ, ਬਹੁਤ ਭਾਰੀ। ਸਰਦਾਰ ਤੀਰ ਸਿੰਘ ਢਿੱਲੋਂ ਜੀ, ਵਰਿੰਦਰ ਸਿੰਘ ਜੀ ਜੀ, ਗੱਲ ਆ ਗਈ ਸਿੱਧੀ। ਜਾਂ ਹੁਣ ਅਕਾਲੀ ਦਲ ਵਿੱਚ ਸਾਰੇ ਵੱਡੇ ਵੱਡੇ ਵਰਕਰ ਰਹਿਣਗੇ, ਚੱਜ ਦੇ ਟਕਸਾਲੀ ਜੀ, ਤੇ ਜਾਂ ਸੁਖਬੀਰ ਤੇ ਮਜੀਠੀਆ ਰਹਿਣਗੇ। ਅੱਜ ਉਹਨੇ ਸਰਦਾਰ ਬਰਮਪੁਰਾ ਸਾਹਿਬ ਨੇ ਲਕੀਰ ਖਿੱਚ ਕੇ, ਐਨ ਪਰਦੇ ਲਾ ਕੇ, ਨਿਖੇੜ ਕੇ ਜੀ, ਤੇ ਸਾਹਮਣੇ ਸ਼ਿੰਗਾਰ ਕੇ ਗੱਲ ਕਹਿਤੀ ਵੀ ਸੁਖਬੀਰ ਤੇ ਮਜੀਠੀਆ ਦੇ ਹੁੰਦਿਆਂ ਅਕਾਲੀ ਦਲ ਚ ਏਕਾ ਨਹੀਂ ਰਹਿ ਸਕਦਾ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ। ਮੈਂ ਅਗਲੀ ਗੱਲ ਉਹਨੇ ਨਹੀਂ ਕਹੀ, ਮੈਂ ਕਹਿਣਾ ਕਹਿ ਦੇਣਗੇ, ਇੱਕ ਸ਼ਰਤ ਲਾ ਲਿਓ ਵੀ ਸੁਖਬੀਰ ਤੇ ਮਜੀਠੀਆ 2023 ਤੱਕ ਹਾਂਜੀ ਕੋਈ ਆਉਂਦਾ ਨਾ ਰਹਿਣ, ਤੇ ਅਕਾਲੀ ਦਲ ਤੋਂ ਪਾਸੇ ਹੋ ਕੇ ਆਪਣੀਆਂ ਬੱਸਾਂ ਤੇ ਜਿਹੜੀਆਂ ਉੱਥੇ ਖੰਡ ਮਿਲਣਾ, ਯੂਪੀ ਚ ਮੈਂ ਮੰਤਰੀ ਸੀ, ਉੱਥੇ ਹੈਗੀਆਂ ਇਹਨਾਂ ਦੀਆਂ ਟੁੱਟੀਆਂ ਭਜੀਆਂ, ਉਹ ਚਲਾ ਲੈ ਜੀ। ਮੈਨੂੰ ਤੇ ਰਾਮੂਵਾਲੀ ਸਾਹਿਬ ਏਦਾਂ ਲੱਗ ਰਿਹਾ ਕਿ ਜਿੱਦਾਂ ਹੁਣ ਅਕਾਲੀ ਦਲ ਤੋਂ ਵੀ ਬੰਦੇ ਟੁੱਟ ਰਹੇ ਨੇ, ਕਾਂਗਰਸ ਸੋਰੀ ਆਮ ਆਦਮੀ ਪਾਰਟੀ ਤੋਂ ਵੀ ਜੁੜ ਰਹੇ, ਕਿ ਇੱਕ ਇੱਕ ਇਕੱਠਾ ਕੋਈ ਇਹਨਾਂ ਦਾ ਗਠਬੰਧਨ ਹੋ ਸਕਦਾ, ਇਕੱਠੀ ਕੋਈ ਸਰਕਾਰ ਕੁਛ ਇਹ ਕੁਛ ਬਣਾ ਸਕਦੇ ਪਾਰਟੀ ਵਗੈਰਾ ਆਪਣੀ? ਹੁਣ ਮੈਂ ਦੱਸਦਾ ਜੀ, ਮੈਨੂੰ ਹਾਲੇ ਕਿਸੇ ਨੇ ਅਪਰੋਚ ਨੀ ਕੀਤਾ, ਕਿਉਂਕਿ ਮੈਂ ਬੜਾ ਕਲੀਅਰ ਜੀ, ਬਿਲਕੁਲ। ਨਾਲੇ ਮੈਂ ਆਪਦੇ ਜਿਹੜੇ ਪੱਤੇ ਆ ਉਹ ਛਾਤੀ ਨਾਲ ਲਾ ਕੇ ਰੱਖਦਾ, ਖੋਲਦਾ ਨੀ। ਬਿਲਕੁਲ 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 ਸਹੀ ਗੱਲ। ਬਾਦਲ ਹੋਰ ਬਾਦਲ ਕਿਆ ਕਰੇ, ਮੈਨੂੰ ਕੀੜੀ ਤੁਰੀ ਜਾਂਦੀ ਕਹਿੰਦੀ ਹੈ। ਜਦੋਂ ਮੈਂ ਲਖਨਊ ਸਹੁੰ ਚੁੱਕ ਲਈ, ਮੇਰਾ 71 ਕਿਲੋ ਭਾਰ ਆ, ਉਹ ਪਿਓ ਦੇ ਪੁੱਤ ਨੂੰ ਦਿਸਿਆ ਹੀ ਨਾ। ਸਹੀ ਗੱਲ। ਉਹ ਅਗਲੀ ਗੱਲ ਮੈਂ ਫੇਰ ਕਹਿੰਦੇ, ਹਾਂਜੀ, ਉੱਥੇ ਵੀ ਮੈਂ ਕੋਈ ਗਦਾਰੀ ਨੀ ਕੀਤੀ, ਸੋ ਮੈਂ ਕੀਤਾ। ਉਹ ਹੁਣ ਢੀਂਡਸਾ ਸਾਹਿਬ ਕਰ ਰਹੇ ਆ, ਸੇਖਵਾ ਕਰ ਰਹੇ ਆ, ਉਹੀ ਕੰਮ ਹੁਣ ਸਰਦਾਰ ਬ੍ਰਹਮਪੁਰਾ ਕਰ ਰਹੇ ਆ, ਜਨਾਲਾ ਸਾਹਿਬ ਕਰ ਰਹੇ ਆ, ਸਠਿਆਲਾ ਜੀ ਮਨਮੋਹਨ ਸਿੰਘ ਕਰ ਰਹੇ ਆ, ਹੋਰ ਨਿਰੇ ਹੀ ਕਰਨਗੇ। ਇਸ ਲਈ ਮੈਂ ਪਹਿਲਾਂ ਭਾਂਪ ਜਾਂਦਾ ਹੁੰਦਾ ਵੀ ਭੂਆ ਦਾ ਸੁਭਾਅ ਕਿਹੋ ਜਿਹਾ, ਖੱਚੇ ਮਿੱਠੇ ਦਾ ਰੋਟੀ ਨੀ ਖਾਂਦੀ। ਸਹੀ ਗੱਲ। ਤੇ ਮੈਂ ਗੱਲ ਕੱਢ ਲੈਂਦਾ ਹੁੰਦਾ, ਹੁਣ ਵੀ ਮੈਂ ਤੁਹਾਨੂੰ ਬੇਨਤੀ ਕਰਦਾ, ਹਾਲੇ ਮੈਂ ਪੱਤੇ ਨੀ ਖੁੱਲੇ। ਮੈਂ ਤਾਂ ਸਮਾਜਵਾਦੀ ਪਾਰਟੀ ਤੋਂ ਹੀ ਹੈ, ਮੈਂ ਅਖਿਲੇਸ਼ ਨੂੰ ਕਿਹਾ ਵੀ ਚੰਡੀਗੜ੍ਹ ਪੰਜਾਬੀ ਬੋਲੀ ਨੂੰ 1 ਨੰਬਰ ਦਰਜਾ ਦਿਓ। ਇਹ ਵੀ ਮੈਂ ਪੰਜਾਬੀ ਪਿਆਰਿਆਂ ਦੇ ਨਾਲ ਲੱਗਣੇ, ਉਹ ਕਹਿੰਦੇ ਫੱਦੇ ਚੱਕਦੇ, ਤੁਸੀਂ ਹੈਰਾਨ ਹੋਵੋਗੇ, ਲਾਲ ਟੋਪੀਆਂ ਵਾਲੇ ਯੂਪੀ ਵਾਲੇ ਹਿੰਦੀ ਦੇ ਨਾਰੇ ਲਾਉਂਦੇ ਸੀ, ਪੰਜਾਬੀ ਕੋ 1 ਨੰਬਰ ਸਥਾਨ ਦੋ, ਚੰਡੀਗੜ੍ਹ ਦੀ ਯੂਪ ਉਹਨਾਂ ਦੇ ਬੰਦੇ। ਅੱਛਾ ਜੀ, ਇਹ ਗੱਲਾਂ ਛੋਟੀਆਂ ਨੀ ਹੁੰਦੀਆਂ, ਬਿਲਕੁਲ। ਮੈਂ ਤਰੀਕਾ ਦੱਸ ਦੂੰਗਾ, ਮੈਨੂੰ ਮੈਨੂੰ ਵੀ ਬਹੁਤ ਭੁੱਖ ਨੀ ਪੰਜਾਬ ਚ, ਮੈਂ ਛੇਤੀ ਬਣਨਾ। ਗੁਰੂ ਮਹਾਰਾਜ ਦੀ ਕਿਰਪਾ, 11 ਦਫਾ ਮੈਂ ਭਾਰਤ ਦੇ ਸੰਵਿਧਾਨ ਦੀ ਸਹੁੰ ਚੱਕ ਕੇ ਵੱਡੀਆਂ ਕੁਰਸੀਆਂ ਤੇ ਬਹਿ ਕੇ ਦੇਖ ਲਿਆ। ਹੁਣ ਤਾਂ ਸੱਚੀ ਮੁੱਚੀ ਸੁਣ ਵਾਲੇ ਲੋਕੋ, ਤੁਹਾਡੇ ਪੈਰ ਚੁੰਮ ਕੇ, ਤੁਹਾਡੇ ਪੈਰਾਂ ਦੀ ਮਿੱਟੀ ਮੱਥੇ ਨੂੰ ਲਾ ਕੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਚੇਤੇ
ਮੋਹਰੀ ਹੋਈ ਕਰਜ਼ਾ ਹੈ ਹੁਣ ਮੈਨੂੰ ਕੋਈ ਕੁਰਸੀਆਂ ਨੀ ਨੀ ਕਰਜ਼ਾ ਮੋੜਨਾ ਤੁਹਾਡਾ ਮੋਹਰੀ ਜਾਂਦਾ ਪਹਿਲਾਂ ਬਿਲਕੁਲ ਤੁਹਾਡੀ ਤੁਹਾਡੀ ਸਿਫਤ ਇਹ ਦੇਸ਼ ਵਿਦੇਸ਼ ਦੇ ਵਿੱਚ ਅਸੀਂ ਤੁਹਾਨੂੰ ਦੇਖਿਆ ਹੋਇਆ ਅਸੀਂ ਦੇਖਿਆ ਹੋਇਆ ਤੁਸੀਂ ਬਾਹਰੋਂ ਬੰਦੇ ਜਾਂ ਕੋਈ ਵੀ ਕੋਈ ਮਸਲਾ ਹੁੰਦਾ ਜਾਂ ਕੋਈ ਵੀ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਆਪ ਜਾ ਕੇ ਉੱਥੋਂ ਕਰਕੇ ਕੰਮ ਕਰਾ ਕੇ ਤੁਸੀਂ ਵਾਪਸ ਪੰਜਾਬ ਲੈ ਕੇ ਆਉਂਦੇ ਹੋ ਅਸੀਂ ਸਾਨੂੰ ਤੁਹਾਨੂੰ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਜੋ ਦੇਸ਼ ਵਿਦੇਸ਼ ਦੀ ਸੰਗਤ ਰਹਿੰਦੀ ਹੈ ਜੋ ਦੇਖਦੀ ਤੁਹਾਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਤੁਹਾਡਾ ਪਤਾ ਹੈਗਾ ਵਰਿੰਦਰ ਜੀ ਅੱਜ ਇੱਕ ਬੰਦਾ ਮਲਕੀਤ ਸਿੰਘ ਪਿੰਡ ਰਾਮਗੜ੍ਹ ਮਰ ਗਿਆ ਉਹਦੀ ਬੇਟੀ ਆਈ ਜੀ ਉਹ ਕਹਿੰਦੀ ਜੀ ਬੰਦਾ ਜੇਲ ਚ ਉੱਥੇ ਪੈਣੀ ਜੀ ਉਹ ਕਹਿੰਦੀ ਚਾਚਾ ਜੀ ਮੈਨੂੰ ਚਾਚਾ ਜੀ ਕਹਿ ਕੇ ਕਹਿੰਦੀ ਜੇ ਬਿਮਾਰ ਹੋ ਗਿਆ ਬੰਦਾ ਤੇ ਬੰਦਾ 7 ਲੱਖ ਦੇਣ ਨੂੰ ਤਿਆਰ ਹੈ ਝੂਠੇ ਡਾਕਟਰ ਨੂੰ ਵੀ ਬਚਾ ਦੇ ਜੀ ਉਹੀ ਕੋਈ ਕਹਿੰਦੇ ਵੀ ਇਹ ਨੀ ਬਚਣਾ ਇਹ ਤਾਂ ਡੁੱਬਦਾ ਜਾਂਦਾ ਹੈ ਕਹਿੰਦੀ ਤੂੰ ਫਾਂਸੀ ਦੇ ਫੰਦੇ ਤੋੜ ਕੇ ਬਾਹਰੋਂ ਮੁਲਕਾਂ ਚ ਲੈ ਆਉਣਾ ਨਾਲੇ ਕੋਲੋਂ ਪੈਸੇ ਲਾ ਕੇ ਬਿਲਕੁਲ ਬਿਲਕੁਲ ਮੈਂ 10-10 ਹਜ਼ਾਰ ਦੇ ਕੱਟ ਚ ਕਹਿੰਦੇ ਕੋਈ ਮੇਰੇ ਕੋਲ ਕੰਮ ਆਇਆ ਹੋਵੇ ਤੇ ਮੈਂ ਤਾਰਿਆ ਹੋਵੇ ਤੇ ਮੋੜਿਆ ਹੋਵੇ ਤਾਂ ਪੈਰੀ ਅਸਲਾ ਨੂੰ ਮੇਰੀ ਮਾਂ ਨੇ ਜਦੋਂ ਅਸੀਂ 8-9 ਸਾਲ ਦੇ ਸੀ ਮੈਂ ਅਸੀਂ ਸਾਰਾ ਟੱਬਰ ਮੈਂ ਹੀ ਵੱਡੇ ਛੋਟੇ ਉਦੋਂ ਮੇਰੀ ਮਾਂ ਕਹਿੰਦੀ ਸੀ ਪੁੱਤ ਜਿਹੜਾ ਕੰਮ ਆ ਜਾਏ ਗਰੀਬ ਗੁਰਬਾਂ ਮੋੜਿਆ ਨਾ ਕਰ ਮੈਂ ਕਿਉਂ ਬੇਬੇ ਜੀ ਕਹਿੰਦੀ ਕੋਈ ਪਤਾ ਨੀ 10ਵੇਂ ਪਾਤਸ਼ਾਹ ਆਪ ਭੇਸ ਬਦਲ ਕੇ ਪਰਖ ਲੈਣ ਆਉਂਦੇ ਹੁਣ ਵੀ ਇਹ ਰੋਟੀ ਖੋਦੇ ਕਿ ਹੰਕਾਰੀ ਹੋ ਗਏ ਬਿਲਕੁਲ ਬਿਲਕੁਲ ਮੇਰੀ ਮਾਂ ਬਿਲਕੁਲ ਤੁਸੀਂ ਉਹਨਾਂ ਦੇ ਆਪਣੇ ਮਦਰ ਦੇ ਪਾਏ ਹੋਏ ਕਰ ਕੀ ਹੈ 10ਵੇਂ ਪਾਤਸ਼ਾਹ ਆਪ ਹੋ ਬਿਲਕੁਲ ਤੁਹਾਨੂੰ ਮਾਂ ਜਿਹੜਾ ਇਹੋ ਜਿਹਾ ਲਾਲ ਜਣਿਆ ਦੀ ਤੁਹਾਨੂੰ ਮਾਂ ਬਿਲਕੁਲ ਵਾਹਿਗੁਰੂ ਜੀ ਸੋ ਐ ਹੋ ਕੇ ਹੁਣ ਮੇਰੇ ਕੋਲ ਸੂਚੀ ਚ ਲੋਕਾਂ ਨੇ ਕੰਮ ਆਉਣਾ ਮੈਂ ਕਹਿੰਦਾ ਭਰਾਵਾ ਕਲਾਲ ਜਾਓ ਨਾ ਹੋਵੇ ਬੇਬੇ ਵਾਲੀ ਗੱਲ ਸੱਚੀ ਹੋਵੇ ਤੁਹਾਨੂੰ ਭੇਜਿਆ ਹੀ 10ਵੇਂ ਪਾਤਸ਼ਾਹ ਨੇ ਹੋਵੇ ਆਪਾਂ ਤਾਂ ਭਰਾਵਾ ਗੁਰੂ ਗ੍ਰੰਥ ਸਾਹਿਬ ਤੋਂ ਰਾਮੂਵਾਲੀਆ ਸਾਹਿਬ ਕੇ ਮੈਂ ਤੁਹਾਨੂੰ ਕੁਛ ਕੀ ਕਵਾਂ ਹੁਣ ਮੇਕੋ ਤੇ ਤਿਲ ਸਿੰਘ ਜੀ ਅਲਫਾਜ਼ ਮੁੱਕ ਗਏ ਨੇ ਇਹਨਾਂ ਨੂੰ ਕੀ ਕਵਾਂ ਮੈਂ ਸਲੂਟ ਹੈ ਸਾਨੂੰ ਇਹਨਾਂ ਨੂੰ ਆਪਾਂ ਤੁਹਾਨੂੰ ਜਲਦੀ ਹੀ ਮਿਲਦੇ ਹਾਂ ਮਿਲ ਕੇ ਅਸੀਂ ਤੁਹਾਡੀ ਇੰਟਰਵਿਊ ਕਰਦੇ ਹਾਂ ਮੈਨੂੰ ਸਾਡੇ ਨਾਲ 18 ਰੁਪਏ ਦੇ ਸਾਈਕਲ ਤੇ ਫਾਰਸੀ ਪੜ੍ਹ ਲੈਂਦੇ ਯੂਪੀ ਜਾ ਕੇ ਸਿੰਸਕ੍ਰਿਤ ਸਿੱਖ ਲਈ ਕੁਛ ਸੁਪਰੀਮ ਕੋਰਟ ਦੇ ਵਕੀਲ ਹਨ ਤਾਂ ਸੇਵਾ 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 ਅੱਜ ਮੈਨੂੰ ਖੁਸ਼ੀ ਹੈ ਕਿ ਮੇਰੇ ਕੋਲ ਰਾਏ ਮੰਗੀ ਆ ਜਿਹੜੇ ਆ ਥੈਂਕ ਯੂ ਰਾਮੂਵਾਲੀਆ ਸਾਹਿਬ ਥੈਂਕ ਯੂ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਕੀਮਤੀ ਸਮਾਂ ਦੇਣ ਦਾ ਸਾਨੂੰ ਬਹੁਤ ਬਹੁਤ ਮਿਹਰਬਾਨੀ ਔਰ ਸਾਰਿਆਂ ਨੂੰ ਹੱਥ ਬੰਨ ਕੇ ਸਿਰ ਝੁਕਾ ਕੇ ਜਿਉਂਦੇ ਰਹੋ ਸਿਹਤ ਬਣਾਓ ਪੁੱਤਰ ਧੀਆਂ ਖੇਲਣ ਮਿਹਰਬਾਨੀ